ਹਾਲੇਲੂਯਾ ਜੀ, ਆਓ ਆਪਾਂ ਇਸ ਵੀਡੀਓ ਨੂੰ ਦੇਖੀਏ। ਪਾਸਟਰ ਦਿਓਲ ਜੀ ਇੰਨਾ ਬਹੁਤ ਹੀ ਵਧੀਆ ਦੱਸ ਰਹੇ ਕਿ ਕਿਸ ਤਰ੍ਹਾਂ ਸਾਨੂੰ ਦੁਨੀਆ ਦੀਆਂ ਖਬਰਾਂ ਦੇ ਵਿੱਚ ਰਹੋ ਤਾਂ, ਲੇਕਿਨ ਜ਼ਿਆਦਾ ਨਹੀਂ ਰਹਿਣਾ ਚਾਹੀਦਾ। ਆਓ ਪਹਿਲੇ ਇਸ ਵੀਡੀਓ ਨੂੰ ਦੇਖੀਏ, ਫਿਰ ਆਪਾਂ ਗੱਲ ਕਰਦੇ ਹਾਂ। ਆਮੀਨ ਹਾਲੇਲੂਯਾ ਸਟਾਰਟਿੰਗ ਦੇ ਵਿੱਚ ਇਸ ਵੀਡੀਓ ਨੂੰ ਯੈਸ ਦੇਖਦੇ ਆਪਾਂ। ਆਮੀਨ ਹਾਲੇਲੂਯਾ। ਮੇਰੀ ਤਰਫ ਸੇ ਸਭ ਕੁਝ ਜੈਮ ਸੀਗੀ। ਆਏ ਹਮ ਪਾਸਟਰ ਦਿਓਲ ਜੀ ਕਿ ਇਸ ਵੀਡੀਓ ਕੋ ਦੇਖੀਏ। ਪਲੀਜ਼ ਆਪ ਇਸ ਵੀਡੀਓ ਕੋ ਪੂਰਾ ਦੇਖਣਾ, ਬਹੁਤ ਹੀ ਅੱਛਾ ਸਮਝਾ ਰਹੇ ਪਾਸਟਰ ਜੀ ਇਸ ਵੀਡੀਓ ਨੂੰ, ਆਪ ਜ਼ਰੂਰ ਦੇਖੀਏਗਾ। ਬਹੁਤ ਆਪਣੇ ਵਿੱਚ ਬੈਠੇ ਆ ਜਿਹੜੇ ਨਿਊਜ਼ ਸੁਣਨ ਦੇ ਸ਼ੌਕੀਨ ਆ, ਖਬਰਾਂ ਸੁਣਨੀਆਂ ਉਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ। ਚੰਗੀ ਗੱਲ ਆ, ਖਬਰਾਂ ਸੁਣਨੀਆਂ ਚਾਹੀਦੀਆਂ, ਦੀਨ ਦੁਨੀਆ ਦੀ ਖਬਰ ਰੱਖਣੀ ਚਾਹੀਦੀ ਆ। ਪਰ ਕੁਛ ਆ ਜਿਹੜੀ ਸਿਰਫ ਸਟੇਟ ਦੀਆਂ ਖਬਰਾਂ, ਕਈਆਂ ਨੂੰ ਸਿਰਫ ਪਿੰਡ ਦੀ ਖਬਰ ਤੱਕ ਹੀ ਦਿਲਚਸਪੀ ਆ, ਕਿਸੇ ਨੂੰ ਸਿਰਫ ਆਪਣੀ ਸਟੇਟ, ਜੇ ਕੋਈ ਪੰਜਾਬ ਦਾ ਆ ਉਹਨੂੰ ਪੰਜਾਬ ਦੀਆਂ ਖਬਰਾਂ ਤੱਕ ਜਾਂ ਵੱਧ ਤੋਂ ਵੱਧ ਦੇਸ਼ ਤੱਕ। ਪਰ ਕਈ ਉਸ ਤੋਂ ਵੀ ਓਪਨ ਅੱਗੇ ਵਧੇ ਹੋਏ ਆ, ਉਹ ਦੁਨੀਆ ਦੀਆਂ ਖਬਰਾਂ ਦੀ ਜਾਣਕਾਰੀ ਰੱਖਣਾ ਪਸੰਦ ਕਰਦੇ ਵੀ ਦੁਨੀਆ 'ਚ ਕੀ ਹੋ ਰਿਹਾ ਆ। ਹਾਲੇਲੂਯਾ। ਜਦੋਂ ਇੱਕ ਵਾਰੀ ਚੇਲਿਆਂ ਨੇ ਪੁੱਛਿਆ ਪ੍ਰਭੂ ਯੇਸੂ ਜੀ ਨੂੰ, ਕਹਿੰਦੇ ਅੰਤ ਦੇ ਤੇ ਤੇਰੇ ਵਾਪਸ ਆਉਣ ਦੇ ਕੀ ਨਿਸ਼ਾਨ ਹੋਣਗੇ, ਤੇ ਪ੍ਰਭੂ ਯੇਸੂ ਮਸੀਹ ਜੀ ਨੇ ਯੈਸ ਆਮੀਨ ਹਾਲੇਲੂਯਾ ਕਿਹਾ, ਬਹੁਤ ਝੂਠੇ ਨਵੀ ਉੱਠਣਗੇ। ਸੋ ਵੀ ਨਿਸ਼ਾਨ ਪੂਰਾ ਹੋ ਗਿਆ, ਕਿਉਂਕਿ ਬਹੁਤ ਉੱਠ ਖਲੋਤੇ ਆ, ਜੋ ਮੂੰਹ ਚ ਆਉਂਦਾ ਉਹੀ ਬੋਲੀ ਜਾਂਦੇ ਆ, ਜੋ ਜੀ ਕਰਦਾ ਉਹੀ ਕਰੀ ਜਾਂਦੇ ਆ, ਤਾਂ ਇਹ ਨਿਸ਼ਾਨ ਵੀ ਪੂਰਾ ਹੋ ਗਿਆ। ਫਿਰ ਸੱਚ ਮੁੱਚ ਲੜਾਈਆਂ ਬਹੁਤ ਗਲਤੀਆਂ ਕਰਦੇ ਆਪਾਂ, ਤੁਸੀਂ ਲੜਾਈਆਂ ਲੱਗੀਆਂ ਹੋਈਆਂ ਦੇਖੋਗੇ ਤੇ ਹੋਰ ਲੱਗਣ ਦੀਆਂ ਆਵਾਜ਼ਾਂ ਵੀ ਸੁਣੋਗੇ, ਤੇ ਜੇ ਤੁਸੀਂ ਦੁਨੀਆ ਦੀਆਂ ਖਬਰਾਂ ਜਾਣਦੇ ਆ ਤੇ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਕਿ ਇਸ ਵੇਲੇ ਕਿੰਨੇ ਮੁਲਕਾਂ ਦੇ ਵਿੱਚ ਆਪਸ ਚ ਲੜਾਈ ਲੱਗੀ ਹੋਈ ਆ। ਔਰ ਜਿਹੜੇ ਮਾਰਨਿੰਗ ਪ੍ਰੇਅਰ ਨੂੰ ਅਟੈਂਡ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਪਹਿਲਾਂ ਹੀ ਸਾਲ ਦੇ ਆਰੰਭ ਵਿੱਚ ਹੀ ਦੇਸ਼ਾਂ ਦੇ ਨਾਮ ਵੀ ਬੋਲ ਕੇ ਦੱਸ ਦਿੱਤੇ ਗਏ ਸੀਗੇ। ਔਰ ਐਗਜ਼ੈਕਟਲੀ ਉਦਾਂ ਹੀ ਹੋ ਰਿਹਾ ਹੈ। ਹਾਲੇਲੂਯਾ। ਤੁਸੀਂ ਦੇਖੋ ਇਜ਼ਰਾਈਲ ਤੇ ਇਰਾਨ ਦੀ ਲੜਾਈ ਕਿੰਨੀ ਜ਼ਬਰਦਸਤ ਚੱਲ ਰਹੀ ਹੈ, ਲਬਨਾਨ ਦਾ ਕਿੰਨਾ ਨੁਕਸਾਨ ਹੋ ਗਿਆ ਹੈ, ਨੁਕਸਾਨ ਇਜ਼ਰਾਈਲ ਦਾ ਵੀ ਬਹੁਤ ਹੋਇਆ ਤੇ ਬਹੁਤ ਵੱਡਾ ਨੁਕਸਾਨ ਇਜ਼ਰਾਈਲ ਦਾ ਹੋਣ ਵੀ ਵਾਲਾ ਹੈ। ਪਰ ਫਿਰ ਵੀ ਇਜ਼ਰਾਈਲ ਉਸ ਰੈਸਲਰ ਵਰਗਾ ਆ ਜਿਹੜਾ ਹੀਰੋ ਰੈਸਲਰ ਹੁੰਦਾ ਆ, ਉਹ ਕਿੰਨੀ ਬੜੀ ਮਾਰ ਖਾ ਖਾ ਕੇ ਡਿੱਗਦਾ ਆ, ਉਹ ਲਹੂ ਲੁਹਾਣ ਹੋਇਆ ਹੁੰਦਾ, ਕਈ ਵਾਰੀ ਇਦਾਂ ਲੱਗਦਾ ਵੀ ਉਹ ਮਰ ਗਿਆ ਆ, ਪਰ ਫਿਰ ਕੀ ਹੁੰਦਾ ਆ, ਅੰਤ ਨੂੰ ਫੇਰ ਉੱਠ ਖਲੋਂਦਾ ਆ ਤੇ ਵੈਰੀ ਨੂੰ ਢਾ ਲੈਂਦਾ ਆ। ਇਜ਼ਰਾਈਲ ਦਾ ਨੁਕਸਾਨ ਹੋਣਾ ਆ, ਛੇਤੀ ਖਬਰਾਂ ਦੇ ਵਿੱਚ ਆਉਣ ਲੱਗ ਜਾਣਾ ਹੈ ਇਸ ਸਾਲ ਦੇ ਐਂਡ ਵਿੱਚ ਵੀ ਤੇ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ। ਪਰ ਤੁਸੀਂ ਨਾਲ ਦੀ ਨਾਲ ਹੀ ਇਹ ਵੀ ਦੇਖੋਗੇ ਕਿ ਉਹ ਫਿਲਮ ਦੇ ਹੀਰੋ ਵਾਂਗ ਉਹਨੇ ਫੇਰ ਉੱਠ ਖਲੋਣਾ ਆ, ਹਾਰਨਾ ਨਹੀਂ ਆ ਉਹਨੇ, ਭਾਵੇਂ ਤੁਸੀਂ ਇਹਨੂੰ ਭਵਿੱਖਬਾਣੀ ਸਮਝ ਲਿਓ ਤੇ ਅੱਜ ਦੀ ਤਰੀਕ ਪਾ ਕੇ ਨੋਟ ਕਰ ਲਿਓ।
ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਯੂਕਰੇਨ ਤੇ ਰਸ਼ੀਆ ਦਾ ਜੋ ਚੱਲ ਰਿਹਾ ਆ ਉਹ 3 ਗੁਣਾ ਨਹੀਂ 7 ਗੁਣਾ ਹੋਰ ਵੱਧ ਜਾਣਾ ਹੈ। ਤੇ ਜੇ ਇਸ ਦਿਨ ਇਜ਼ਰਾਈਲ ਦੀ ਲੜਾਈ ਦੇ ਵਿੱਚ ਸਾਊਦੀ ਅਰੇਬੀਆ ਦੀਆਂ ਤੁਸੀਂ ਆਵਾਜ਼ਾਂ ਸੁਣਨ ਲੱਗ ਗਏ, ਭਾਵੇਂ ਉਹ ਨਹੀਂ ਸ਼ਾਮਿਲ ਹੋਇਆ ਪਰ ਜਿੱਦਣ ਆਵਾਜ਼ਾਂ ਆਉਣ ਲੱਗ ਗਈਆਂ ਵੀ ਉਹ ਕਹਿੰਦਾ ਮੈਂ ਵੀ ਸ਼ਾਮਿਲ ਹੋ ਜਾਣਾ, ਮੈਂ ਵੀ ਸ਼ਾਮਿਲ ਹੋ ਜਾਣਾ, ਉਹ ਦੁਨੀਆਂ ਦੇ ਚੀਕ ਚਿਹਾੜੇ ਦਾ ਟਾਈਮ ਹੋਊਗਾ। ਇਹ ਸੱਚੀ ਗੱਲ ਆ, ਉਹ ਬਹੁਤ ਬੁਰਾ ਟਾਈਮ ਹੋਊਗਾ ਦੁਨੀਆਂ ਦੇ ਉੱਤੇ। ਤੇ ਇਹ ਟਾਈਮ ਬਾਹਲਾ ਦੂਰ ਨਹੀਂ ਆ, 2025 ਹਿਸਟਰੀ ਮੇਕਰ ਹੋਣ ਵਾਲਾ ਆ। ਇਤਿਹਾਸ ਦੇ ਵਿੱਚ 2025 ਚ ਹੋਣ ਵਾਲੀਆਂ ਘਟਨਾ ਲਿਖੀਆਂ ਜਾਣਗੀਆਂ। 2024 ਤਾਂ ਬਸ ਉਹਦਾ ਟ੍ਰੇਲਰ ਆ, ਉਹਦਾ ਪਰਛਾਵਾਂ ਹੀ ਆ। ਪਰ ਇਹ ਕਿਉਂ ਦੱਸਿਆ ਜਾ ਰਿਹਾ ਹੈ ਕਲੀਸਿਆ ਨੂੰ? ਕਰਕੇ ਉਹ ਆਪਣਾ ਸ਼ਬਦ ਭੇਜ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ। ਇਹਨਾਂ ਚੋਂ ਇੱਕ ਵੀ ਘਟਨਾ ਟਾਲੀ ਜਾਣ ਵਾਲੀ ਨਹੀਂ ਆ। ਭਾਵੇਂ ਤੁਸੀਂ ਮੈਂ ਜਿੰਨੀਆਂ ਮਰਜ਼ੀ ਪ੍ਰਾਰਥਨਾ ਕਰੀਏ ਵੀ ਇਹ ਲੜਾਈ ਰੁਕ ਜਾਵੇ, ਨਹੀਂ ਰੁਕਣੀ। ਕੁਛ ਚੀਜ਼ਾਂ ਆ ਜਿਹੜੀਆਂ ਡਿਸਾਈਡ ਹੋ ਚੁੱਕੀਆਂ ਆ, ਫੈਸਲੇ ਹੋ ਚੁੱਕੇ ਆ ਵੀ ਇਹ ਹੋਣੀਆਂ ਹੀ ਆ। ਯੇਸ ਆਮੀਨ ਹਾਲੇਲੂਯਾ। ਸੱਚੀ ਉਹ ਹੋਣੀਆਂ ਹੀ ਆ, ਪਰ ਉਹਨਾਂ ਤੋਂ ਬਚਿਆ ਜਾ ਸਕਦਾ ਆ, ਉਹਨਾਂ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਆ। ਜਦੋਂ ਸਾਈਕਲੋਨ ਆਉਣ ਵਾਲਾ ਹੁੰਦਾ ਆ ਸਮੁੰਦਰ ਦੇ ਵਿੱਚ, ਪਹਿਲਾਂ ਹੀ ਅਨਾਊਂਸਮੈਂਟਸ ਗਵਰਨਮੈਂਟ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਵੀ ਤੁਸੀਂ ਆਪਣਾ ਕੀਮਤੀ ਸਮਾਨ ਲੈ ਕੇ ਇਹਨਾਂ ਘਰਾਂ ਚੋਂ ਨਿਕਲ ਜਾਓ, ਇਹ ਚੱਕਰਵਾਤ ਦਾ ਜਿਹੜਾ ਪ੍ਰਭਾਵ ਆ ਉਹ ਨੇੜੇ ਦੇ ਇਲਾਕਿਆਂ 'ਚ ਪੈ ਸਕਦਾ ਆ। ਤੇ ਜਿਹੜੇ ਉਸ ਵਾਰਨਿੰਗ ਨੂੰ ਸੁਣ ਕੇ ਨਿਕਲ ਜਾਂਦੇ ਆ ਉਹ ਆਪਣੀਆਂ ਕੀਮਤੀ ਚੀਜ਼ਾਂ ਨੂੰ ਤੇ ਆਪਣੀਆਂ ਜਾਨਾਂ ਨੂੰ ਬਚਾ ਲੈਂਦੇ ਆ। ਇਹ ਪ੍ਰਭੂ ਯੇਸੂ ਮਸੀਹ ਨੇ ਆਪਣੇ ਚੇਲਿਆਂ ਦੇ ਰਾਹੀਂ ਸਾਨੂੰ ਅਨਾਊਂਸਮੈਂਟ ਦਿੱਤੀ ਆ। ਇਹ ਭਵਿੱਖਬਾਣੀ ਕੋਈ ਨਵੀਂ ਭਵਿੱਖਬਾਣੀ ਨਹੀਂ ਮੈਂ ਕਰ ਰਹੀ, ਆਲਰੇਡੀ ਇਹ ਬਾਈਬਲ ਦੇ ਵਿੱਚ ਆ। ਯੈਸ ਆਮੀਨ। ਸਮਾਂ ਆਉਣ ਤੇ ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਡਿਊਟੀ ਲਾਈ ਆ ਵੀ ਉਹ ਚੇਤਾ ਕਰਾ ਦੇਣ ਵੀ ਹੁਣ ਸਮਾਂ ਆ ਗਿਆ ਆ। ਜਿੱਦਾਂ ਸਵੇਰ ਦੇ 4 ਰੋਜ਼ ਵੱਜਦੇ ਹੀ ਆ ਪਰ ਘੜੀ ਤੇ ਆਪਾਂ ਅਲਾਰਮ ਲਾਉਨੇ ਵੀ ਜਦੋਂ 4 ਵੱਜਣ ਜਾਂ ਵੱਜਣ ਵਾਲੇ ਹੋਣ, 3:55 ਤੇ ਅਲਾਰਮ ਲਾ ਦਿੰਦੇ ਵੀ ਹੁਣ 4 ਵੱਜਣ ਵਾਲੇ ਆ ਤੇ ਅਲਾਰਮ ਖੜਕੇ ਤੇ ਅਸੀਂ 4 ਵਜੇ ਉੱਠ ਖਲੋਈਏ। ਐਦਾਂ ਸਮਝ ਲਓ ਪਰਮੇਸ਼ਵਰ ਨੇ ਆਪਣੀ ਦਾਸੀ ਨੂੰ ਅਲਾਰਮ ਬਣਾਇਆ ਆ ਪਰਜਾ ਦੇ ਲਈ ਵੀ ਉਹ ਟਾਈਮ ਆਉਣ ਵਾਲਾ ਆ। ਇਹ ਵਾਰਨਿੰਗਸ ਡਰਾਉਣ ਦੇ ਲਈ ਨਹੀਂ ਆ, ਪਰਮੇਸ਼ਵਰ ਦੇ ਵੱਲੋਂ ਇਹ ਵਾਰਨਿੰਗਸ ਬਚਾਉਣ ਦੇ ਲਈ ਆ। ਹਾਲੇਲੂਯਾ। ਅਸੀਂ ਉਹਨਾਂ ਇਵੈਂਟਸ ਨੂੰ ਕੈਂਸਲ ਨਹੀਂ ਕਰ ਸਕਦੇ ਵੀ ਅਸੀਂ ਅੱਜ ਪ੍ਰਾਰਥਨਾ ਕਰਨ ਲੱਗ ਜਾਈਏ ਵੀ ਕੈਂਸਲ ਹੋ ਜਾਏ, ਕੈਂਸਲ ਨਹੀਂ ਕੈਂਸਲ ਹੋਣੀ।
ਪਰ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਪ੍ਰਭੂ, ਜੇ ਸਦੋਮ ਗਮੋਰਾ ਚੋ ਤੁਸੀਂ ਲੂਤ ਨੂੰ ਪਰਿਵਾਰ ਸਮੇਤ ਚਟਾਨ ਉੱਤੇ ਪਹੁੰਚਾ ਸਕਦੇ ਆ, ਤੇ ਸਾਡੇ ਉੱਤੇ ਵੀ ਤਰਸ ਕਰ ਸਕਦੇ ਆ ਤੁਸੀਂ। ਸਾਨੂੰ ਵੀ ਤੁਸੀਂ ਬਲਦੀ ਵਿੱਚੋਂ ਰੱਖਣ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਆ, ਸਾਡੇ ਪਰਿਵਾਰਾਂ ਸਮੇਤ ਤੁਸੀਂ ਸਾਡੇ ਤੇ ਦਇਆ ਫਰਮਾਉਣ ਵਾਲੇ ਪਰਮੇਸ਼ਵਰ ਆ। ਹਾਲੇਲੂਇਆ। ਔਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਵੀ ਆਰ ਇੰਡੀਅਨਸ, ਕਿ ਪਰਮੇਸ਼ਵਰ ਨੇ ਸਾਨੂੰ ਇੰਡੀਆ ਦੇ ਵਿੱਚ ਰੱਖਿਆ ਆ। ਸੋਚ ਕੇ ਦੇਖੋ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ, ਕਿੰਨੇ ਨੌਜਵਾਨ ਉੱਥੇ ਖਤਮ ਹੋ ਰਹੇ ਆ। ਉਹਨਾਂ ਦੇ ਚੋਣ ਨਾਲ ਉਹ ਲੜਾਈ ਨਹੀਂ ਲੱਗੀ, ਨਾ ਉਹਨਾਂ ਦਾ ਕੋਈ ਐਸਾ ਕਸੂਰ ਆ ਕਿ ਉਹਨਾਂ ਦੇ ਕਸੂਰ ਦਾ ਕਰਕੇ ਲੜਾਈ ਲੱਗੀ ਆ, ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਉੱਥੇ ਵਾਲਾ ਦੁੱਖ ਭੁਗਤਣਾ ਪੈ ਰਿਹਾ ਆ। ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਛ ਬਰਬਾਦ ਹੁੰਦਾ ਦੇਖ ਰਹੇ, ਆਪਣਿਆਂ ਨੂੰ ਮਰਦਿਆਂ ਹੋਇਆਂ, ਤੜਫਦਿਆਂ ਹੋਇਆਂ, ਨਾਸ਼ ਹੁੰਦਿਆਂ ਦੇਖ ਰਹੇ ਆ। ਰੋਜ਼ ਪਲਾਨ ਕਰ ਰਹੇ ਆ ਕਿ ਅੱਜ ਇੱਥੇ ਆ, ਹੁਣ ਕਿਹੜੇ ਸ਼ਹਿਰ ਨੂੰ ਜਾਈਏ, ਕਿੱਧਰ ਦੀ ਜਾਈਏ, ਕਿਤੇ ਕੋਈ ਗੋਲਾ ਕੋਈ ਬਰੂਦ ਨਾ ਡਿੱਗ ਜਾਏ। ਸੋਚ ਕੇ ਦੇਖੋ ਕਿੰਨਾ ਪੇਨਫੁਲ ਟਾਈਮ ਆ ਉਹਨਾਂ ਦੀ ਲਾਈਫ ਦਾ ਉਹ। ਔਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਅਸੀਂ ਸੇਫ ਆ, ਪ੍ਰਭੂ ਨੇ ਸਾਨੂੰ ਸੇਫ ਪਲੇਸ ਤੇ ਰੱਖਿਆ ਆ। ਔਰ ਅਜੇ ਇੰਡੀਆ ਕੋਲੇ ਕਾਫੀ ਸੇਫ ਟਾਈਮ ਪਿਆ ਆ ਯਿਸੂ ਮਸੀਹ ਦੇ ਨਾਮ 'ਚ, ਪਰਮੇਸ਼ਵਰ ਦੀ ਕਿਰਪਾ ਦੇ ਨਾਲ। ਹਾਲੇਲੂਇਆ। ਹਾਂ, ਰੌਲੇ ਰੱਪੇ ਪੈਣ ਵਾਲੇ ਆ ਇਸ ਸਾਲ ਦੇ ਐਂਡ ਵਿੱਚ, ਬਹੁਤ ਪੈਣਗੇ, ਪੋਲੀਟੀਕਲ ਪੈਣਗੇ, ਧਾਰਮਿਕ ਦੰਗੇ ਹੋਣਗੇ, ਬਹੁਤ ਕੁਛ ਹੋਏਗਾ। ਪਹਿਲਾਂ ਵੀ ਅਨਾਊਂਸਮੈਂਟਸ ਦਿੱਤੀਆਂ ਗਈਆਂ ਆ ਤੇ ਵਨਸ ਅਗੇਨ ਉਹ ਅਨਾਊਂਸਮੈਂਟ ਦਿੱਤੀ ਜਾ ਰਹੀ ਆ, ਪਰ ਫਿਰ ਤੋਂ ਕਹਿ ਰਹੀ ਉਹਦਾ ਹਿੱਸਾ ਕਿਸੇ ਨੇ ਨਹੀਂ ਬਣਨਾ, ਉਹਦਾ ਹਿੱਸਾ ਕਿਸੇ ਨੇ ਵੀ ਨਹੀਂ ਬਣਨਾ। ਘਰ ਬੈਠ ਕੇ ਪ੍ਰਾਰਥਨਾ ਕਰਨੀ ਕਿ ਪਰਮੇਸ਼ਵਰ ਤੁਸੀਂ ਸ਼ਾਂਤੀ ਦੇ ਪਰਮੇਸ਼ਵਰ ਆ, ਸਾਡੇ ਉੱਤੇ, ਸਾਡੇ ਖਾਨਦਾਨਾਂ ਦੇ ਉੱਤੇ ਰਹਿਮ ਫਰਮਾਓ, ਸਾਡੇ ਦੇਸ਼ ਦੇ ਉੱਤੇ, ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਰਹਿਮ ਕਰੋ। ਹਾਲੇਲੂਇਆ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਪਾਸਟਰ ਦਿਓਲ ਜੀ। ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਦੱਸ ਰਹੇ ਆ। ਉਹ ਕਹਿੰਦੇ ਆ ਕਿ ਇਹਨਾਂ ਹਨਾ ਦਿਨਾਂ ਦੇ ਵਿੱਚ ਤੁਸੀਂ ਪ੍ਰਾਰਥਨਾ ਦੇ ਵਿੱਚ, ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪ੍ਰਾਰਥਨਾ ਵਿੱਚ ਮਜ਼ਬੂਤ ਹੋ ਜਾਓ, ਕਿਉਂਕਿ ਇਹਨਾਂ ਖ਼ਬਰਾਂ ਵੱਲ ਤੁਸੀਂ ਬਹੁਤ ਲੋਕ ਹਨਾ ਕਈ ਵਾਰੀ ਦੂਸਰੀਆਂ ਚੀਜ਼ਾਂ ਵੱਲ ਹੀ ਧਿਆਨ ਦਿੰਦੇ ਰਹਿੰਦੇ ਆ, ਕਿੱਥੇ ਕੀ ਹੋਇਆ ਕੀ ਨਹੀਂ ਹੋਇਆ, ਇੰਟਰਟੇਨਮੈਂਟ ਵੱਲ ਧਿਆਨ ਦਿੰਦੇ ਰਹਿੰਦੇ ਆ। ਲੇਕਿਨ ਉਹਨਾਂ ਦਾ ਇਹੀ ਕਹਿਣ ਦਾ ਮਤਲਬ ਆ ਕਿ ਜੇਕਰ ਤੁਸੀਂ ਹਨਾ ਮਤਲਬ ਤੁਸੀਂ ਆਪਣਾ ਸਮਾਂ ਵਿਅਰਥ ਨਾ ਗਵਾਓਗੇ, ਕਿਉਂਕਿ ਇਹਨਾਂ ਚੀਜ਼ਾਂ ਨੇ ਤਾਂ ਇਹ ਹੋਣਾ ਹੀ ਹੈ ਨਾ, ਇਹਨਾਂ ਚੀਜ਼ਾਂ ਨੇ ਹੋਣਾ ਹੀ ਹੈ। ਤੇ ਜੇਕਰ ਤੁਸੀਂ ਸੱਚਮੁੱਚ ਇਹ ਮਤਲਬ ਕਿ ਇਹ ਨਹੀਂ ਕਿ ਕਿਸੇ ਚੀਜ਼ ਦੀ ਆਪਾਂ ਨੂੰ ਨੌਲੇਜ ਨਹੀਂ ਹੋਣੀ ਚਾਹੀਦੀ, ਨੌਲੇਜ ਵੀ ਹੋਣੀ ਚਾਹੀਦੀ, ਕਿਉਂਕਿ ਕਈ ਕਈ ਜਗ੍ਹਾ ਤੇ ਮਸੀਹ ਲੋਕਾਂ ਨੂੰ ਕਿੰਨਾ ਪਰੇਸ਼ਾਨ ਕੀਤਾ ਜਾਂਦਾ, ਆਪਾਂ ਨੂੰ ਉਹਨਾਂ ਲਈ ਦੁਆ ਪ੍ਰਾਰਥਨਾ ਕਰਨੀ ਚਾਹੀਦੀ। ਲੇਕਿਨ ਬਹੁਤ ਸਾਰੇ ਲੋਕ ਬਸ ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਰਹਿੰਦੇ, ਖੁੱਬੇ ਰਹਿੰਦੇ ਆ, ਲੇਕਿਨ ਉਹਨਾਂ ਨੂੰ ਬਾਹਰ ਨਿਕਲਣ ਦਾ ਪਤਾ ਹੀ ਨਹੀਂ ਹੁੰਦਾ। ਇਸ ਤੋਂ ਉੱਪਰ ਵੀ ਪਰਮੇਸ਼ਵਰ ਕਹਿੰਦਾ ਤੂੰ ਉਹਨਾਂ ਵਰਗਾ ਹੀ ਨਾ ਹੋ ਜਾ, ਠੀਕ ਹੈ ਨਾ, ਉਹਨਾਂ ਵਰਗੂ ਸੋਚੀ ਨਾ ਜਾਂ ਦਿਨ ਰਾਤ ਇਹੀ ਚੀਜ਼ਾਂ ਨਾ ਸੋਚੀ ਜਾ, ਮਾੜਾ ਕੀ ਹੋਊਗਾ ਕੀ ਹੋਊਗਾ, ਠੀਕ ਹੈ ਨਾ। ਇਹਦੇ ਨਾਲ ਤੂੰ ਤੇਰਾ ਸਰੀਰ ਜਿਹੜਾ ਪਰਮੇਸ਼ਵਰ ਨੇ ਹਨਾ ਨਿਰੋਇਆ ਕੀਤਾ ਹੋਇਆ, ਉਹਦੇ ਉੱਤੇ ਤੇਰਾ ਐਟੋਮੈਟਿਕ ਫਿਰ ਬੋਝ ਆ ਜਾਵੇਗੀ, ਕਿ ਫਿਰ ਇਹਦੇ ਵਿੱਚ ਅਗਰ ਤੁਸੀਂ ਇੱਦਾਂ ਦੀ ਗੱਲ ਸੁਣਦੇ ਹੋਏ ਆ, ਉਹਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਹਨਾ। ਤਾਂ ਬਹੁਤਾ ਧਿਆਨ ਖ਼ਬਰਾਂ ਵੱਲ ਨਾ ਦਿਆ ਕਰੋ, ਮਤਲਬ ਜੇ ਤੁਸੀਂ ਖ਼ਬਰਾਂ ਸੁਣਦੇ ਵੀ ਸਟੇਟ ਦੀਆਂ, ਪੂਰੇ ਵਰਲਡ ਦੀਆਂ ਸੁਣਦੇ ਵੀ ਹਨਾ, ਤਾਂ ਉਹਦੇ ਉੱਤੇ ਬਹੁਤ ਸਾਰੇ ਲੋਕ ਕਹਿੰਦੇ ਪ੍ਰਭੂ ਯਿਸੂ ਨੇ ਆਉਣਾ ਨਹੀਂ ਹੈਗਾ, ਪਰਮੇਸ਼ਵਰ ਦਾ ਆਉਣਾ ਤੈਅ ਕਿ ਉਹਨੇ ਆਉਣਾ ਵਾ ਤਾਂ ਆਪਣੀ ਦੁਲਹਨ ਨੂੰ ਲੈ ਕੇ ਜਾਣਾ ਵਾ। ਤੁਸੀਂ ਆਪਣੇ ਆਪ ਦੀ ਇਹ ਵੀ ਜਾਂਚ ਕਰੋ ਕਿ ਸੱਚਮੁੱਚ ਅਸੀਂ ਉੱਪਰ ਜਾਣ ਦੇ ਲਾਇਕ ਹੈਗੇ ਹਾਂ,
ਸਾਨੂੰ ਪ੍ਰਾਰਥਨਾ ਨਿਰੰਤਰ ਕਰਦੇ ਰਹਿਣਾ ਚਾਹੀਦਾ ਵਾ, ਸਾਨੂੰ ਜਾਗਦੇ ਰਹਿਣਾ ਚਾਹੀਦਾ ਵਾ। ਪ੍ਰਾਰਥਨਾ ਜਾਗਣ ਦਾ ਮਤਲਬ ਆ ਕਿ ਸਾਨੂੰ ਤਾਂ ਪ੍ਰਾਰਥਨਾ ਕਰਨੀ ਚਾਹੀਦੀ ਆ, ਬਚਨ ਪੜ੍ਹਨਾ ਚਾਹੀਦਾ। ਜੇਕਰ ਤੁਸੀਂ ਕਿਸੇ ਚੀਜ਼ 'ਚ ਵੀ ਕਮਜ਼ੋਰ ਆ, ਚਾਹੇ ਪ੍ਰਾਰਥਨਾ 'ਚ, ਬਚਨ 'ਚ ਜਾਂ ਫਾਸਟਿੰਗ 'ਚ, ਇਹਨਾਂ ਚੀਜ਼ਾਂ 'ਚ ਕਿਸੇ ਵੀ ਕਮਜ਼ੋਰ, ਜੇ ਤਿੰਨਾਂ 'ਚ ਕਮਜ਼ੋਰ, ਤਾਂ ਫਿਰ ਤੁਸੀਂ ਇਹ ਸੋਚੋ ਕਿ ਆਪਣਾ ਕੀ ਹੋਊਗਾ। ਇਸ ਕਰਕੇ ਚਾਹੇ ਥੋੜ੍ਹਾ ਹੀ ਆ, ਤੁਸੀਂ ਫਾਸਟਿੰਗ ਪੇ ਰੱਖਣੀ ਸ਼ੁਰੂ ਕਰ ਦਿਉ, 12 ਘੰਟੇ ਅੱਧੇ ਦਿਨ ਦਾ ਰੱਖਣਾ ਸ਼ੁਰੂ ਕਰ ਦਿਉ, ਥੋੜ੍ਹੇ ਸਟਾਰਟਿੰਗ ਕਰਨੀ ਸ਼ੁਰੂ ਕਰ ਦੋਗੇ ਨਾ, ਚਾਹੇ ਵਰਤ ਦੀ, ਚਾਹੇ ਵਚਨ ਪੜ੍ਹਨ ਦੀ ਆਦਤ ਪਾ ਲਵੋਂਗੇ, ਪਰਮੇਸ਼ੁਰ ਜ਼ਰੂਰ ਤੁਹਾਡੇ ਮਨ ਨੂੰ ਵਧਾਵੇਗਾ, ਤੁਹਾਡੇ ਸਰੀਰ ਨੂੰ ਚੰਗਾ ਕਰੇਗਾ, ਜ਼ਰੂਰ ਤੁਹਾਡਾ ਮਨ ਲੱਗੇਗਾ। ਭਾਵੇਂ ਹੈ ਨਾ ਕੁਛ ਦਿਨ ਮਨ ਮਾਰ ਕੇ ਵੀ ਇਹਨਾਂ ਚੀਜ਼ਾਂ ਵਿੱਚ ਬੈਠਣਾ ਸ਼ੁਰੂ ਹੋਇਓ ਨਾ, ਤਾਂ ਵੀ ਤੁਹਾਨੂੰ ਉਹ ਤੁਹਾਡਾ ਆਨੰਦ ਲਿਆ ਦੇਗਾ, ਕਿਉਂਕਿ ਜਿਉਂਦਾ ਤੇ ਸੱਚਾ ਪਰਮੇਸ਼ੁਰ ਆਪਣਾ ਵਚਨ ਕੱਲ ਕੇ ਤੁਹਾਨੂੰ ਚੰਗਾ ਕਰਨਾ ਚਾਹੁੰਦਾ ਹੈ। ਉਹ ਪਰਮੇਸ਼ੁਰ ਸਾਨੂੰ ਚੰਗਾ ਕਰਦਾ ਹੈ। ਪਰਮੇਸ਼ੁਰ ਕੀ ਬਾਣੀ ਵਿੱਚੋਂ ਪੜ੍ਹੇ ਹੋ ਸੁਣੇ ਜਾਣੇ ਪਰ ਆਪ ਸਭ ਕੋ ਬਰਕਤ ਅਸੀਸ ਮਿਲੇ, ਮੇਰੀ ਤਰਫ ਸੇ ਸਭ ਕੋ ਜੈਮ ਸਿੱਧੀ, ਮੇਰੇ ਚੈਨਲ ਪੇ ਨਏ ਹੋ ਤੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਹਾਲੇ ਲੋਇਆ ਆਮਿਨ, ਮੇਰੀ ਤਰਫ ਸੇ ਸਭ ਕੋ ਜੈਮ ਸਿੱਧੀ।